भावे साडा प्राइम मिनिस्टर होवे ते भावे साडा मंत्री सांत्री कोई होवे भावे आम व्यक्ति होवे जिते असीं परमात्मा दा नाम लैके रोटी खाने ना उठे सानू किसान दा नाम लैके रोटी खानी चाहिए आ। जिहड़े काले कानून आ जिहड़े असीं चाहुंदे सीगे इह सेंटर सरकार इहनां नूं वापस लवे ते गल आ वी साडे सुखी जी ने वी काफी लंबा चौड़ा बोल जांदे सुखी जी ਤੁਸੀਂ ਤਾਂ ਮੌਜੇ ਦਾ ਰੰਗਾਂ 'ਚ ਵੱਸਦੇ ਹੋ ਪੰਜਾਬ 'ਚ ਬਹਾਰਾਂ ਨੇ ਬਹਾਰਾਂ ਬਹਾਰਾਂ ਖੇਤਾਂ ਦੇ ਨਾਲ ਆ ਬਾਜੀ ਕਿ ਸਾਡੇ ਖੇਤ ਹੀ ਜਿਹੜੇ ਕਿ ਸਾਡੀ ਮਿੱਟੀ ਜਿੰਦਗੀ ਸਾਡੀ ਮਾਂ ਜਿੰਦਗੀ ਗੁਰਬਾਣੀ ਵਿੱਚ ਵੀ ਲਿਖਿਆ ਵੀ ਪਵਨ ਗੁਰੂ ਪਾਣੀ ਪਿਤਾ ਮਾਂ ਦਾ ਧਰਤਮ ਹੱਥ ਜੇ ਉਹਨਾਂ ਨੇ ਸਾਡੀ ਮਾਂ ਹੀ ਖੋਲੀ ਅਸੀਂ ਕਿਤੇ ਖੋਲ ਦਿੰਦੇ ਹਾਂ ਸਾਰਾ ਪੰਜਾਬ ਇੱਕ ਨਹੀਂ ਸਾਡਾ ਸਾਰਾ ਭਾਰਤ ਦੇ ਕਿਸਾਨ ਮਜ਼ਦੂਰ ਆੜ੍ਹਤੀ ਤੁਹਾਡੇ ਨਾਂ ਨੇ ਅੱਜ ਅਸੀਂ ਇਕੱਲੇ ਕਲਾਕਾਰ ਨਹੀਂ ਅਸੀਂ ਕਲਾਕਾਰ ਤਾਂ ਹਮ ਹੀ ਹਾਂ ਜੇ ਸਾਡੇ ਨਾਲ ਇਹ ਗੱਲ ਲਾਗੂ ਹੋਵੇ ਕਾਲੇ ਕਾਨੂੰਨ ਤੇ ਅਸੀਂ ਕਿੱਥੇ ਜਾਵਾਂਗੇ ਤੁਸੀਂ ਵੀ ਫਿਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਫਤਿਹ ਬਾਕੀ ਅੱਜ ਟੋਲ ਪ੍ਰਾਜਾ ਉੱਤੇ ਜਿੰਨੇ ਸੱਜਣ ਇਕੱਠੇ ਹੋਏ ਆ ਤੁਹਾਡਾ ਵੀ ਬੜਾ ਧੰਨਵਾਦ ਆ ਬਾਕੀ ਅਸੀਂ ਲੇਟ ਦੀ ਮਾਫੀ ਚਾਹੁੰਦੇ ਹਾਂ ਅੱਜ ਨਾ ਸਾਰੇ ਸਮੇਂ ਲੁਧਿਆਣੇ ਤੋਂ ਸ਼ੁਰੂ ਹੋ ਕੇ ਸਾਰੇ ਬਾਂਦੀ ਬੰਦ ਮਿਲਿਆ ਜਿਹੜੀ ਮੰਡੀ ਆਈ ਹੈ ਜਿਹੜਾ ਵੱਡਾ ਕਸਬਾ ਆ ਉੱਥੇ ਬੰਦ ਅਸੀਂ ਪਿੰਡਾਂ ਵਿੱਚ ਵੀ ਹੋ ਕੇ ਤੁਹਾਡੇ ਕੋਲ ਪਹੁੰਚੇ ਹਾਂ ਇਹ ਲੇਟ ਦੀ ਮਾਫੀ ਸਾਡੇ ਸੁਖਵਿੰਦਰ ਸੁੱਖੀ ਜੀ ਆਤਮਾ ਬੁੱਢੀ ਵਾਲੀ ਹੈ ਜੀ ਇਹ ਮੇਰਾ ਛੋਟਾ ਵੀ ਰਣਵੀਰ ਰਾਣਾ ਜੀ ਹੈ ਜੀ ਫਸਟ ਵੇ ਤੋਂ ਇਹਨਾਂ ਨੇ ਬੜੀ ਹਿੰਮਤ ਕੀਤੀ ਅੱਜ ਇਹਨਾਂ ਦਾ ਕਰਕੇ ਵੀ ਸਾਨੂੰ ਲੰਘਾਉਂਦੇ ਰਹੇ ਕਈ ਵਾਰੀ ਕਹਿੰਦੇ ਵੀ ਕਲਾਕਾਰ ਇੱਥੇ ਰੁਕ ਜਾਓ ਥੋੜ੍ਹਾ ਜਿਹਾ ਬੋਲਦੇ ਕਈ ਥਮੀ ਆਪਣੇ ਇਕੱਠ ਹੋਏ ਸੀ ਜਿੱਥੇ ਵਧੀਆ ਦੇ ਕਹਿੰਦੇ ਵੀ ਅੱਜ ਇੱਥੇ ਕੋਈ ਪ੍ਰਧਾਨ ਨਹੀਂ ਸਾਡੇ ਸਰਪੰਚ ਸਾਹਿਬ ਵੀ ਖੜੇ ਇਹਨਾਂ ਦੇ ਬੜੇ ਫੋਨ ਆਏ ਸਾਨੂੰ ਤੁਹਾਡੇ ਬੜੇ ਫੋਨ ਆਏ ਆ ਬੜਾ ਚੰਗਾ ਲੱਗਦਾ ਵੀ ਕਹਿੰਦੇ ਵੀ ਏਕਤਾ ਦੇ ਵਿੱਚ ਬਰਕਤ ਆ ਬਾਕੀ ਗੱਲ ਇਹ ਆ ਵੀ ਜਿੱਥੇ ਸਾਡੀ ਪਹੁੰਚ ਆ ਸਾਡੇ ਬਾਜੀ ਕਹਿੰਦੇ ਸੀ ਵੀ ਇਹਨਾਂ ਨੇ ਸੱਭਿਆਚਾਰ ਸਾਂਭ ਕੇ ਰੱਖਿਆ ਅਸੀਂ ਅੱਜ ਬਾਜੀ ਕਿਸਾਨਾਂ ਦੇ ਨਾਲ ਐਜ਼ ਏ ਕਲਾਕਾਰ ਨਹੀਂ ਹੁਣ ਅਸੀਂ ਕਿਸਾਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਉਹਨਾਂ ਦੇ ਭੈਣ ਭਰਾ ਅੱਜ ਅਸੀਂ ਬਤੌਰ ਕਲਾਕਾਰ ਨਹੀਂ ਇੱਥੇ ਕਿਸਾਨਾਂ ਦੇ ਪੁੱਤ ਬਣ ਕੇ ਕਿਸਾਨਾਂ ਦੇ ਭਰਾ ਬਣ ਕੇ ਇੱਥੇ ਅਸੀਂ ਪਹੁੰਚੇ ਹਾਂ ਬਾਕੀ ਗੱਲ ਇਹ ਆ ਇੱਕ ਬੇਨਤੀ ਕਰੂੰਗਾ ਮੈਂ ਤੁਸੀਂ ਵੇਖੋ ਜਿਹੜੇ ਕਾਲੇ ਕਾਨੂੰਨ ਸਾਡੇ ਤੇ ਲਾਗੂ ਕਰ ਦਿੱਤੇ ਗਏ ਆ ਇਹ ਅਸੀਂ ਜਦ ਚਾਹੁੰਦੇ ਨਹੀਂ ਅਸੀਂ ਕਹਿੰਦੇ ਇੱਕ ਦੂਜੇ ਨੂੰ ਆਪਾਂ ਕੋਈ ਚੀਜ਼ ਦਿੰਦੇ ਹਾਂ ਵੀ ਇੱਕ ਬੰਦਾ ਕਹਿੰਦਾ ਵੀ ਸਾਨੂੰ ਇਹ ਚਾਹੀਦੇ ਨਹੀਂ ਇਹ ਕਾਲੇ ਕਾਨੂੰਨ ਸਰਕਾਰ ਨੂੰ ਇੱਕ ਨਹੀਂ ਇੱਕ ਦਿਨ ਵਾਪਸ ਲੈਣੇ ਪੈਣਗੇ ਤੁਹਾਡੀ ਸ਼ਕਤੀ ਦੇ ਮੂਹਰੇ ਤੁਹਾਡੇ ਇਕੱਠਾਂ ਦੇ ਮੂਹਰੇ ਜਿਹੜੀ ਤੁਹਾਡੀ ਆਵਾਜ਼ ਆ ਇੱਥੇ ਤੱਕ ਨਹੀਂ ਸਾਨੂੰ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਸਾਰੇ ਵਰਲਡ ਲੈਵਲ ਤੋਂ ਸਾਨੂੰ ਕਲਾਕਾਰਾਂ ਦੇ ਫੋਨ ਆਉਂਦੇ ਰਹਿੰਦੇ ਆ ਵੀ ਅਸੀਂ ਵੀ ਤੁਹਾਡੇ ਨਾਲ ਅੱਜ ਕਲਾਕਾਰ ਇਕੱਲੇ ਨਹੀਂ ਤੁਸੀਂ ਵੇਖੋ ਆੜ੍ਹਤੀ ਵੀ ਦਿਹਾੜੀਦਾਰ ਵੀ ਦੁਕਾਨਦਾਰ ਵੀ ਤੁਹਾਡੇ ਨਾਲ ਕਿਸਾਨਾਂ ਦੇ ਨਾਲ ਬਾਂਹ ਖੜ ਕੇ ਤੁਹਾਡੇ ਨਾਲ ਜੁੜਦਾ ਮੈਂ ਉਹਨਾਂ ਦਾ ਵੀ ਬੜਾ ਸ਼ੁਕਰਗੁਜ਼ਾਰ ਹਾਂ ਤੁਸੀਂ ਵੇਖੋ ਇੱਕ ਜਿੱਥੇ ਸਾਨੂੰ ਆਰਥਿਕ ਤੌਰ 'ਤੇ ਤੰਗੀ ਹੋਣੀ ਇਸ ਗੱਲ ਦੀ ਅਸੀਂ ਸਮਾਜਿਕ ਤੌਰ 'ਤੇ ਵੀ ਇੱਕ ਦੂਜੇ ਨਾਲ ਟੁੱਟ ਜਾਵਾਂਗੇ ਤੁਸੀਂ ਵੇਖੋ ਆੜ੍ਹਤੀ ਵੀ ਸਾਡੇ ਨਾਲ ਟੁੱਟ ਜਾਓਗੇ ਕਿਸਾਨ ਨੂੰ ਮਜ਼ਦੂਰੀ ਵੀ ਟੁੱਟ ਜਾਊਗਾ ਸਾਡੇ ਨਾਲ ਦੁਕਾਨਦਾਰ ਵੀ ਟੁੱਟ ਜਾਊਗਾ ਅਸੀਂ ਤਾਂ ਇਹ ਬੇਨਤੀ ਵੀ ਕਰਦੇ ਹਾਂ ਸੈਂਟਰ ਸਰਕਾਰ ਨੂੰ ਅਸੀਂ ਜ਼ੋਰ ਲਾ ਕੇ ਅਪੀਲ ਕਰਾਂਗੇ ਵੀ ਇਹ ਕਾਲੇ ਕਾਨੂੰਨ ਵਾਪਸ ਲਓ ਅਤੇ ਅਸੀਂ ਜਿੱਥੇ ਰਹਿੰਦੇ ਸਾਨੂੰ ਖੁਸ਼ ਰਹਿਣ ਦਿਓ ਇੱਕ ਹੋਰ ਮੈਂ ਬੇਨਤੀ ਕਰੂੰਗਾ ਸਰਪੰਚ ਸਾਹਿਬ ਤੁਸੀਂ ਸਾਰੇ ਸੁਣਦੇ ਹੋ ਤੁਸੀਂ ਵੇਖੋ ਜਿਹੜਾ ਸਾਡਾ ਪੰਜਾਬ ਆ ਸਾਡੇ 'ਚੋਂ ਹਰਿਆਣਾ ਅਲੱਗ ਹੋਇਆ ਉਦੋਂ ਸਾਡਾ ਪੰਜਾਬ 62% ਅੰਨ ਪੈਦਾ ਕਰਕੇ ਦਿੰਦਾ ਸੀ ਦੇਸ਼ ਨੂੰ ਅਸੀਂ ਲੋਕ ਸਾਡਾ ਭਾਰਤ ਦੇਸ਼ ਅਮਰੀਕਾ ਤੋਂ ਮੈਕਸੀਕਨ ਕਣਕ ਮੰਗਾਉਂਦਾ ਹੁੰਦਾ ਸੀ ਜਿਹੜੀ ਅੱਧੀ ਰੋਟੀ ਸੁੱਕ ਜਾਂਦੀ ਹੁੰਦੀ ਸੀ ਜਦੋਂ ਪਕਾਉਂਦੇ ਹਾਂ ਹੁਣ ਵੀ ਸਾਡਾ ਪੰਜਾਬ ਭਾਵੇਂ ਸਾਡੇ ਤੋਂ ਹਰਿਆਣਾ ਅਲੱਗ ਹੋ ਗਿਆ ਅਸੀਂ 52% ਉਹਨਾਂ ਨੂੰ ਅੰਨ ਪੈਦਾ ਕਰਕੇ ਦਿੰਦੇ ਹਾਂ ਮੈਂ ਤਾਂ ਇਹ ਕਹੂੰਗਾ ਭਾਵੇਂ ਸਾਡਾ ਪ੍ਰਾਈਮ ਮਿਨਿਸਟਰ ਹੋਵੇ ਅਤੇ ਭਾਵੇਂ ਸਾਡਾ ਮੰਤਰੀ ਸੰਤਰੀ ਕੋਈ ਹੋਵੇ ਭਾਵੇਂ ਆਮ ਵਿਅਕਤੀ ਹੋਵੇ ਜਿੱਥੇ ਅਸੀਂ ਪਰਮਾਤਮਾ ਦਾ ਨਾਂ ਲੈ ਕੇ ਰੋਟੀ ਖਾਂਦੇ ਹਾਂ ਨਾ ਉੱਥੇ ਸਾਨੂੰ ਕਿਸਾਨ ਦਾ ਨਾਂ ਲੈ ਕੇ ਰੋਟੀ ਖਾਣੀ ਚਾਹੀਦੀ ਹੈ ਵੀ ਜਿਹਨੇ ਸਾਨੂੰ ਅੰਨ ਪੈਦਾ ਕਰਕੇ ਦਿੱਤਾ ਬਾਕੀ ਗੱਲ ਜੇ ਕਿਤੇ ਆੜ੍ਹਤੀ ਲੋਕ ਨੇ ਸਾਡੇ ਇੱਕ ਦੂਜੇ ਦਾ ਸਾਡੀ ਪਿਆਰ ਨੌ ਮਾਸ ਵਾਲਾ ਸਾਡਾ ਰਿਸ਼ਤਾ ਲੈਣਾ ਭੈਣ ਭਰਾਵਾਂ ਵਾਲਾ ਰਿਸ਼ਤਾ ਸਾਨੂੰ ਕੋਈ ਤੰਗੀ ਫੁੱਕੀ ਹੁੰਦੀ ਆ ਅਸੀਂ ਇੱਕ ਦੂਜੇ ਤੋਂ ਪੈਸੇ ਦਿਲਾ ਲੈ ਕੇ ਅਸੀਂ ਆਪਣਾ ਕੰਮ ਸਾਰ ਲੈਂਦੇ ਹਾਂ ਕਿਤੇ ਮੁੰਡੇ ਦੀ ਫੀਸ ਦੇਣੀ ਹੈ ਕੋਈ ਲੜਕੀ ਮੁੰਡੇ ਨਾਲ ਵਿਆਹ ਵਾ ਉੱਥੇ ਅਸੀਂ ਇਹਨਾਂ ਦੀ ਮਦਦ ਲੈਣੀ ਆ ਅਸੀਂ ਸਕੇ ਭਰਾਵਾਂ ਪਰਿਵਾਰ ਵਾਂਗੂ ਇਹਨਾਂ ਨਾਲ ਰਹਿੰਦੇ ਹਾਂ ਅਸੀਂ ਬੇਨਤੀ ਕਰਾਂਗੇ ਵੀ ਜਿਹੜੇ ਕਾਲੇ ਕਾਨੂੰਨ ਆ ਥੋੜ੍ਹਾ ਥੋੜ੍ਹਾ ਬੋਲਾਂਗੇ ਕਿਉਂਕਿ ਟਾਈਮ ਬੜਾ ਹੋ ਗਿਆ ਜਿਹੜੇ ਕਾਲੇ ਕਾਨੂੰਨ ਆ ਜਿਹੜੇ ਅਸੀਂ ਚਾਹੁੰਦੇ ਨਹੀਂਗੇ ਇਹ ਸੈਂਟਰ ਸਰਕਾਰ ਇਹਨਾਂ ਨੂੰ ਵਾਪਸ ਲਵੇ ਅਤੇ ਗੱਲ ਇਹ ਆ ਵੀ ਸਾਡੇ ਸੁੱਖੀ ਜੀ ਨੇ ਵੀ ਕਾਫੀ ਲੰਬਾ ਚੌੜਾ ਬੋਲ ਜਾਂਦੇ ਸੁੱਖੀ ਜੀ ਕਿਉਂਕਿ ਇਹਨਾਂ ਨੇ ਗੀਤ ਵੀ ਇੱਕ ਦੋ ਸੁਣਾ ਮੈਨੂੰ ਕੋਈ ਸੱਜਣ ਕਹੇ ਸੀ ਵੀ ਗੀਤ ਵੀ ਸੁਣਾ ਦਿਓ ਮੇਰਾ ਕੋਈ ਗੀਤ ਆਇਆ ਸੀ ਵੀ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਜਿਹੜੇ ਸਾਡੇ ਖੇਤ ਨੇ ਇਹ ਦੇਵ ਤਰੀਕੇ ਵਾਲੇ ਦਾ ਗੀਤ ਸੀ ਸਾਡੇ ਖੇਤ ਵੀ ਇਹਨਾਂ ਨੇ ਕੱਟ ਕੱਟ ਕੇ ਭੂਰਾ ਭੂਰਾ ਬਣਾ ਕੇ ਵਿਚੜ ਗਏ ਸਾਡੀਆਂ ਜਿਣਸਾਂ ਲੈਜੈਂਟ ਜਿਹੜੀ ਸਾਡੀ ਐਮ ਐਸ ਪੀ ਦੀ ਗੱਲ ਆ ਤੁਸੀਂ ਮੇਰਾ ਇੱਕ ਦੋਸਤ ਆ ਬਾਜੀ ਬਿਹਾਰ ਸਾਡੇ ਕੋਲ ਮੇਰੇ ਕੋਲ ਥੋੜ੍ਹੇ ਜਿਹੇ ਖੇਤ ਨੇ ਉੱਥੇ ਨਾ ਖੇਤ ਦੇ ਕੋਲ ਉਹਨਾਂ ਨੇ ਘਰ ਪਾਇਆ ਕਿ ਬਿਹਾਰ ਦਾ ਸੱਜਣਾ ਉਹਦਾ ਨਾਮ ਕ੍ਰਿਸ਼ਨ ਯਾਦਵ ਉਹ ਮੈਨੂੰ ਕਿਤੇ ਕਹਿਣ ਲੱਗਾ ਕਹਿੰਦਾ ਬਾਜੀ ਤੁਸੀਂ ਤਾਂ
मौजे ना रंगा च बसते हो पंजाब च बहारा ने बहारा बहारा खेतों के नाल भाजी जे साडे खेत ही चले गए साडी मिट्टी चली गई साडी मां चली गई गुरबाणी में भी लिखिया भी पवन गुरु पाणी पिता माता धरत हाथ ये उन्होंने साडी मां ही खोली असी कि खोल दें सारा पंजाब एक नहीं सा सारा भारत के किसान मजदूर आड़े ना ने अज असी कले कलाकार नहीं असी कलाकार तो हम ही हाँ सानू भावें अद्धी रात आवाज मारो अब थोड़े जे लेट हो गए अस इस गल की माफी है एक होर बेनती करूँगा मैं तुम गल वेखो कि साढ़े जिन्हें मैं बिहार की गल करता बिहार का मेरा बड़ा दोस्त आ उन्होंने कृष्ण यादव आ वह मैं क्या भी थोड़े को इन जमीन है उधर बिहार के कहना मेरे को 12 किले जमीन है भाजी तो 12 किले एक किले चो 700-800 मसा बचता 6 महीने च वह कहना भी मैं हूँ ये गल सोचिए भी अपनी जमीन बेच के पंजाब खेती करूँगा कहना अपनी 12-13 किले जमीन बेच के पंजाब खेती करूँगा तुम वेख लो जो बिहार वाला तो इतने आके खेती करने तैयार आ जे साडे ना यह गल लागू होवे काए करूँ तो असी कित्थे जावांगे तुम वेख लो आपको कोई थौ नहीं लभना इस करके सारे दोस्तों बेनती करते जे जिते तक घर में ही आवाज पहुंची आ साडे चैनल सी जी सारे फास्ट वाले साडे राणा जी आया इन्होंने अभी बड़ी हिम्मत की साढ़े रल के इन्होंने शाम को भी कल भी परसों भी दिखाते रहना प्रोग्राम सारी थोड़े जिन्हें सज्जन आए हैं मैं तो कहना भी अजय संगत रूप से तुम आए हो भी संगत में बहुत बड़ी ताकत होती है भी सारे ने अपना रल मिल के हम मुहम्मद मारना एक काले कानून आप वापस करा के रखा एक मैं छोटा जहा देश तरीके का गीत आ भी जेने के खेतों की इन्होंने वंड कर देगा और फिर यह गीत गाने के पैणगे सर ਉਪਰ ਕਈਆਂ ਨੇ ਕਲੋਨੀਆਂ ਤੇ ਰਹੇ ਨਹੀਂ ਉਹ ਖੇਤ ਹੋ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ਟਿੱਬਿਆਂ ਦੀ ਰੇਤ ਹੋ ਕਿਤੇ ਨਜ਼ਰ ਨਹੀਂ ਆਉਂਦੀ ਪੂਰੇ ਟਿੱਬਿਆਂ ਦੀ ਰੇਤ ਹੋ ਵੱਡੇ ਵੱਡੇ ਖੇਤਾਂ ਦੇ ਪਲਾਟ ਕੱਟ ਦਿੱਤੇ ਹੋ ਵੱਡੇ ਵੱਡੇ ਖੇਤਾਂ ਦੇ ਪਲਾਟ ਕੱਟ ਦਿੱਤੇ ਵੱਡ ਰੁੱਖਾਂ ਨੂੰ ਪਰਿੰਦਿਆਂ ਦੇ ਘਰ ਠਾ ਗਿਆ ਕਾਲੀ ਪਿੰਡਾਂ ਦੀ ਜ਼ਮੀਨ ਉਹ ਕਾਲੀ ਪਿੰਡਾਂ ਦੀ ਜ਼ਮੀਨ ਲੁੱਟਿਆਣਾ ਖਾ ਗਿਆ ਕਾਲੀ ਪਿੰਡਾਂ ਦੀ ਜ਼ਮੀਨ ਇੱਕ ਬੇਨਤੀ ਕਰਾਂਗੇ ਕਹਿੰਦਾ ਵੀ ਸਾਰੇ ਦੋਸਤਾਂ ਦੇ ਨਾਲ ਹੰਗਾਮ ਨਾ ਕੇ ਹਮਲਾ ਮਾਰਨਾ ਕਿਸਾਨ ਦੀ ਤੁਸੀਂ ਨਾ ਇਹ ਹਰ ਮਿੰਟ ਦੇ ਵਿੱਚ ਤੁਹਾਨੂੰ ਆਵਾਜ਼ ਮਾਰੇ ਕਿਸਾਨ ਦੇ ਨਾਲ ਤੁਰਨਾ ਸਾਰੇ ਦੋਸਤਾਂ ਨੂੰ ਇੱਕ ਦੋ ਤੁਸੀਂ ਨਾਅਰੇ ਲਾ ਦਿਓ ਤੁਸੀਂ ਗੱਲ ਵੇਖੋ ਮੈਂ ਗੱਲ ਭੁੱਲ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਜੀ इतिहास पढ़ के वेख लो उन्होंने जो कि मुसलमान फकीर वजीर कितने इन्हों तो नजायज पैसे मंगते गुरु अर्जन देव जी ने रंग जो तो बंद करवाते एक मैं बेनती करूंगा एक बार लाओ नारा जकारे दे रूप च शुक्रिया जी शुक्रिया।